ਤੁਸੀਂ ਸੋਚਿਆ ਹੋਣੇ ਵੀ ਚਾਚਾ ਤਾਂ ਰੈਲੀਆਂ ਕੱਢਦਾ ਕੱਢਦਾ, ਚਾਚੇ ਵੱਲੋਂ ਦੇਖੀਏ ਪੁਲਿਸ ਵਾਲੇ ਵੀ ਰੈਲੀਆਂ ਕੱਢਣ ਲਈ ਵੀ ਚੱਕਰ ਕੇ ਬਣਿਆ ਗਾ। ਦਰਅਸਲ ਚੱਕਰ ਕੋਈ ਹੈ ਨਹੀਂ ਗਾ, ਸਾਨੂੰ ਉੱਪਰੋਂ ਖੁਫੀਆ ਰਿਪੋਰਟ ਮਿਲੀ ਹੈ ਵੀ ਚਾਚਾ ਦੜ ਦੜ ਸਮਾਨ ਵੰਡੀ ਜਾਂਦਾ ਕਿ ਦੂਜੀਆਂ ਪਾਰਟੀਆਂ ਨੂੰ ਵੰਡਣ ਨਹੀਂ ਦਿਆਦਾ। ਨਾਲ ਚਾਚੇ ਦੇ ਅਸੀਂ ਅੱਜ ਘਰ ਗਏ, ਚਾਚੇ ਨੂੰ ਜਾਈਏ ਪੁੱਛਿਆ ਚਾਚਾ ਤੁਸੀਂ ਦੜ ਦੜ ਸਮਾਨ ਵੰਡੀ ਆ, ਤੇ ਕਹਿੰਦੇ ਤੁਹਾਨੂੰ ਕੌਣ ਬੋਲਿਆ? ਮੈਂ ਕਿਹਾ ਸਾਨੂੰ ਪਤਾ ਲੱਗਿਆ, ਸਾਨੂੰ ਰਿਪੋਰਟ ਮਿਲੀ ਹੈਗੀ। ਮੈਂ ਤੁਹਾਨੂੰ ਗਲਤ ਰਿਪੋਰਟ ਮਿਲੀ ਹੈ, ਮੈਂ ਕੋਈ ਸਮਾਨ ਨਹੀਂ ਵੰਡਿਆ। ਮੈਂ ਚ ਕਹਿ ਨਹੀਂ ਵੰਡਿਆ, ਮੈਂ ਕਿਹਾ ਸਾਡੇ ਸਾਥ ਦੱਸ ਦਿਓ ਕਿੰਨਾ ਸਮਾਨ ਵੰਡਿਆ, ਨਹੀਂ ਤਾਂ ਬਹੁਤ ਬੁਰਾ ਟੀਕਾ ਲੱਗਣਾ ਗਾ। ਕਹਿੰਦਾ ਕਿਹੜਾ ਟੀਕਾ ਲੱਗਣਾ? ਮੈਂ ਲਈ ਜਾਣਾ ਪਤਾ ਜਿਲ੍ਹਾ ਅਸੀਂ ਚੁੱਕੀ ਅੰਦਰ ਕਰਨਾ ਹੀ ਹੈ ਬਿਨਾਂ ਮਤਲਬ ਸਮਾਨ ਵੰਡੀ ਜਾਣਾ ਗਾ। ਨਾਲ ਮੈਂ ਕਿਹਾ ਦੂਜੀਆਂ ਪਾਰਟੀਆਂ ਨੇ ਰਿਪੋਰਟ ਹੈ ਕੀਤੀ ਵੀ ਚਾਚਾ ਆਪੂ ਸਮਾਨ ਵੰਡੀ ਆ, ਸਾਨੂੰ ਵੰਡਣਾ ਹੀ ਨਹੀਂ ਤਾਂ ਜੇ ਅਸੀਂ ਵੰਡਣ ਲੱਗਣੇ ਤਾਂ ਚਾਚਾ ਬੋਲਿਆ ਕਹਿੰਦਾ ਮੈਂ ਜੁੱਤੀ ਫੇਰ ਦੇਣੀ ਹੈ। ਕਹਿੰਦਾ ਜੁੱਤੀ ਫੇਰਨ ਵਾਲੀ ਤਾਂ ਗੱਲ ਮੈਂ ਕੀਤੀ ਨਹੀਂ, ਤੁਹਾਨੂੰ ਪਤਾ ਨਹੀਂ ਕੋਈ ਬੋਲੀ ਤਾਂ ਮੈਂ ਕਿਹਾ ਬੋਲੀ ਨਹੀਂ ਤਾਂ ਮੈਨੂੰ ਰਿਪੋਰਟ ਮਿਲੀ ਹੈਗੀ। ਨਾਲ ਮੈਂ ਚਾਚੇ ਨੂੰ ਬੋਲਿਆ, ਮੈਂ ਕਿਹਾ ਅੱਛਾ ਦੂਜੀਆਂ ਪਾਰਟੀਆਂ ਪਤਾ ਕੀ ਬੋਲਿਆ ਸੀ, ਜਿਲ੍ਹਾ ਅਸੀਂ ਕਹਿੰਦੇ ਸਮਾਨ ਵੰਡਣ ਜਾਂਦੇ ਤਾਂ ਚਾਚਾ ਪਹਿਲਾਂ ਵੰਡਿਆ ਹੁੰਦਾ ਗਾ। ਫਿਰ ਅੱਗੇ ਲੋਕ ਬੋਲਦੇ ਕਹਿੰਦੇ ਸਾਨੂੰ ਚਾਚਾ ਬਥੇਰਾ ਸਮਾਨ ਵੰਡੀ ਆ, ਅਸੀਂ ਦੂਜੀਆਂ ਪਾਰਟੀਆਂ ਕੋਲੋਂ ਨਹੀਂ ਲੈਣਾ। ਫਿਰ ਚਾਚਾ ਬੋਲਣ ਲੱਗ ਪਿਆ ਕਹਿੰਦਾ ਮੈਂ ਲੋਕਾਂ ਨੂੰ ਮਨਾ ਥੋੜ੍ਹਾ ਕੀਤਾ ਵੀ ਦੂਜੀਆਂ ਪਾਰਟੀਆਂ ਕੋਲ ਸਮਾਨ ਮਤਲਬ ਜਿਹਨਾਂ ਕੋਲ ਮਿਲਦਾ ਚੁੱਪ ਕਰੀ ਲਈਓ। ਮੈਂ ਕਿਹਾ ਲੈਣੇ ਦੀ ਗੱਲ ਥੋੜ੍ਹੀ ਹੁੰਦੀ ਹੈ, ਲੋਕਾਂ ਨੂੰ ਤੁਸੀਂ ਸਮਾਨ ਪਹਿਲਾਂ ਵੰਡੀ ਦਿੰਦੇ ਆ, ਦੂਜੀਆਂ ਪਾਰਟੀਆਂ ਦਾ ਸਮਾਨ ਲੱਗਾ ਤਾਂ ਹੀ ਨੀਗਾ। ਮੈਂ ਫਿਰ ਚਾਚੇ ਨੂੰ ਬੋਲਿਆ ਅੱਛਾ ਕੈਂਡੀਡੇਟ ਤੋਂ ਤੁਸੀਂ ਆਪਣੇ ਏਰੀਏ ਵੀ ਦੂਜੇ ਏਰੀਏ ਤੁਸੀਂ ਥਾਣ ਲੈਣ ਜਾਣੇ, ਉੱਧਰ ਵੀ ਸਮਾਨ ਵੰਡੀਆਂ ਹੋਣਗੇ। ਕਹਿੰਦਾ ਉਹ ਤਾਂ ਮੈਂ ਸਮਾਜ ਸੇਵਾ ਕਰਾਂ। ਮੈਂ ਕਾਹਦੀ ਸੇਵਾ ਕਰਨ? ਮੈਂ ਕਿਹਾ ਪਾਰਟੀਆਂ ਚੀਕਾਂ ਨਾ ਮਾਰਾਂ, ਬੋਲਾ ਦੇ ਕਹਿੰਦੇ ਚਾਚਾ ਇੱਧਰ ਵੀ ਸਮਾਨ ਵੰਡੀ ਦਾ ਸਾਡੀਆਂ ਵੋਟਾਂ ਤੋੜੀ ਜਾਂਦਾ। ਕਹਿੰਦਾ ਮੈਂ ਕਾਹਨੂੰ ਵੋਟਾਂ ਤੋੜਨੀਆਂ? ਕਹਿੰਦਾ ਮੈਨੂੰ ਉਹਨਾਂ ਦੇ ਏਰੀਏ ਵੋਟਾਂ ਥੋੜੀ ਮਿਲਣੀਆਂ, ਮੈਨੂੰ ਤਾਂ ਆਪਣੇ ਏਰੀਏ ਹੀ ਮਿਲਣੀਆਂ। ਮੈਂ ਫਿਰ ਬੋਲਿਆ ਮੈਂ ਕਿਹਾ ਜੇ ਵੋਟਾਂ ਨਹੀਂ ਮਿਲਣੀਆਂ ਫਿਰ ਦੂਜੇ ਏਰੀਏ ਤੁਸੀਂ ਸੁਣਕਣੇ ਫੰਡ ਜਾਂਦੇ ਆ। ਮੈਂ ਕਿਹਾ ਨਾਲ ਮੈਨੂੰ ਪਤਾ ਲੱਗਿਆ ਵੀ ਤੁਸੀਂ ਕਾਂਗੜੇ ਵੀ ਕੱਲ ਪੁੱਜੇ ਹੋਏ। ਕਹਿੰਦਾ ਉਹ ਤਾਂ ਅਸੀਂ ਕਿਲਾ ਦਿਖਣ ਗਏ ਆ। ਮੈਂ ਕਿਲਾ ਦਿਖਣਾ ਹੈ ਨਹੀਂ ਗਿਆ, ਤੁਸੀਂ ਸਮਾਨ ਵੰਡਣ ਗਏ, ਸਾਰੇ ਪਖਤ ਗੰਦ ਪਾਇਆ ਗਾ। ਕਹਿੰਦਾ ਸੀ ਕਿ ਗੰਦ ਪਾਇਆ? ਮੈਂ ਕਿਹਾ ਗੰਦ ਹੀ ਇਹ ਪਾਇਆ। ਮੈਂ ਕਿਹਾ ਦੂਜੀ ਪਾਰਟੀਆਂ ਦੀ ਵੋਟਾਂ ਹੀ ਨਹੀਂ ਖਰੀਦਣ ਦੇ, ਸਾਰੀਆਂ ਵੋਟਾਂ ਤੁਸੀਂ ਆਪੂ ਖਰੀਦੀਆਂ ਨੇ ਗੇ। ਮੈਂ ਫਿਰ ਚਾਚੇ ਨੂੰ ਬੋਲਿਆ ਅੱਛਾ ਜੇ ਵੋਟਾਂ ਮੰਗਣੀਆਂ ਹੁਣ ਤਾਂ ਆਪਣੇ ਏਰੀਏ ਚ ਮੰਗੀ ਲਓ, ਜੇ ਦੂਜੇ ਏਰੀਏ ਮੈਂ ਬੜੇ ਦਿਖੀ ਤਾਂ ਮੈਂ ਬਹੁਤ ਵਾਰੀ ਜੁੱਤੀ ਖੜਕਾਣੀ। ਕਹਿੰਦਾ ਤੂੰ ਜੁੱਤੀ ਇਹ ਖੜਕਾਣੀ? ਮੈਂ ਇਹ ਖੜਕਾ ਦੇਣੀ। ਮੈਂ ਕਿਹਾ ਹਮੀਰਪੁਰ ਤੁਹਾਡਾ ਕੇ ਰੱਖੇਗਾ, ਉੱਧਰ ਜਦੋਂ ਵੋਟਾਂ ਮੰਗਣ ਚੱਲੀ ਜਾਣਗੇ। ਕਹਿੰਦਾ ਉੱਧਰ ਵੀ ਸਾਡਾ ਏਰੀਆ ਪਾਉਂਦਾ? ਮੈਂ ਉੱਧਰ ਕੁਧਰ ਏਰੀਆ ਪਈ ਗਿਆ। ਮੈਂ ਕਿਹਾ ਉੱਧਰ ਤਾਂ ਐਮਪੀ ਵੱਖਰਾ ਖੜਾ ਗਾ, ਤੂੰ ਹੀ ਮੈਨੂੰ ਬਿਨਾਂ ਮਤਲਬ ਭੰਬੜ ਭੂਸੇ ਪਾਏਗਾ। ਕਹਿੰਦਾ ਭੰਬੜ ਭੂਸੇ ਮੈਂ ਹੀ ਨਹੀਂ ਪਾਇਆ, ਭੰਬੜ ਭੂਸੇ ਤੂੰ ਹੀ ਪਾਇਆ ਜਿਹੜੇ ਮੈਨੂੰ ਵੋਟਾਂ ਹੀ ਨਹੀਂ ਮੰਗਣ ਦਿਆ ਦੇ। ਮੈਂ ਫਿਰ ਚਾਚੇ ਨੂੰ ਬੋਲੀ ਤਾਂ ਮੈਂ ਜੇ ਵੋਟਾਂ ਮੰਗਣੀਆਂ ਤਾਂ ਆਪਣੇ ਏਰੀਏ ਚ ਮੰਗੇ, ਜੇ ਮੈਂ ਦੂਜੇ ਏਰੀਏ ਬੜੇ ਦਿਖੀ ਲੈਂਦਾ ਮੈਂ ਇਹੀ ਝੰਡ ਲਾਣੀ ਨਾ ਫੜੀ, ਤੁਸੀਂ ਐਮਪੀ ਦਾ ਇਲੈਕਸ਼ਨ ਭੁੱਲ ਜਾਣਾਗਾ।